ਇਹ ਪਿੰਡ ਕੋਟਲੀ ਸ਼ਾਹਪੁਰ ਜਿੱਥੋਂ ਦੇ ਲੋਕਾਂ ਨੇ ਆਪਣੇ ਪਿੰਡ ਦੀਆਂ ਔਰਤਾਂ ਨੂੰ ਮੌਕਾ ਦਿੱਤਾ ਤੇ ਉਹਨਾਂ ਨੂੰ ਸਰਪੰਚ ਤੇ ਪੰਚ ਬਣਾਇਆ। ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ 24 ਸਾਲ ਦੀ ਲੜਕੀ ਨੂੰ ਪਿੰਡ ਦੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਇਸ ਕੰਮ ਵਿੱਚ ਉਸਦੀ ਮਦਦ ਲਈ ਬਣਾਏ ਗਏ ਪੰਚ ਵੀ ਮਹਿਲਾਵਾਂ ਹੀ ਨੇ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਹ ਦੁਨੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ, ਖਾਸ ਤੌਰ ਤੇ ਮੁੰਡਿਆਂ ਤੋਂ, ਤੇ ਜੇਕਰ ਉਹ ਘਰ ਸਾਂਭ ਸਕਦੀਆਂ ਨੇ ਤਾਂ ਪਿੰਡ ਵੀ ਸਾਂਭ ਹੀ ਲੈਣਗੀਆਂ। ਕੋਟਲੀ ਸ਼ਾਹਪੁਰ ਨੇ ਸਾਰਿਆਂ ਰਲ ਕੇ ਇਹ ਜੋ ਨੌਜਵਾਨ ਆਪਣੇ ਲੜਕੀ ਸਰਪੰਚ ਬਣੀ ਆ, ਅਸੀਂ ਬਹੁਤ ਖੁਸ਼ੀ ਨਾਲ ਇਹਨੂੰ ਚੁਣਿਆ ਵਾਂ ਤੇ ਸਾਰੀਆਂ ਬੀਬੀਆਂ ਦਾ ਅਸੀਂ ਬਹੁਤ ਸਤਿਕਾਰ ਕੀਤਾ ਕਿ ਸਾਰੀਆਂ ਬੀਬੀਆਂ ਅਸੀਂ ਪੰਚ ਤੇ ਸਰਪੰਚ ਬਣੀਆਂ ਨੇ। ਦੂਸਰਾ, ਇਹਨਾਂ ਨੇ ਜੋ ਲੜਕੀਆਂ ਨੂੰ ਮਾਰਦੇ ਨੇ ਲੋਕ, ਅਸੀਂ ਉਹਨਾਂ ਤੋਂ ਵੱਧ ਉੱਠ ਕੇ ਮਤਲਬ ਇਸ ਪਿੰਡ ਵਿੱਚ ਇਹ ਬੀਬੀਆਂ ਨੂੰ ਗਾਂਹ ਕੀਤਾ ਵਾ ਕਿ ਸਾਡੇ ਪਿੰਡ ਦਾ ਚੰਗਾ ਵਿਕਾਸ ਕਰਨ, ਕਿ ਬੀਬੀਆਂ ਦੇ ਵਿੱਚ ਤੇ ਲੜਕਿਆਂ ਵਿੱਚ ਕੋਈ ਮਤਲਬ ਇਹਦੀ ਦੇਭਾਵ ਨਹੀਂ ਹੋਏਗੀ। ਅਸੀਂ ਫੈਸਲਾ ਲਿਆ ਕਿ ਅਸੀਂ ਆਪਣੇ ਪਿੰਡ ਦੇ ਵਿੱਚੋਂ ਜੋ ਔਰਤਾਂ ਨੇ ਉਹਨਾਂ ਨੂੰ ਉੱਪਰ ਚੁੱਕ ਕੇ, ਵੀ ਆਪਾਂ ਭਰੂਣ ਹੱਤਿਆ ਦਾ ਅੱਜ ਕੱਲ੍ਹ ਬਹੁਤ ਚੱਲਦਾ ਦੌਰ ਚੱਲ ਰਿਹਾ ਹੈ, ਅਤੇ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਅਸੀਂ ਕਹਿ ਰਹੇ ਹਾਂ ਵੀ ਆਪਣਾ ਜਿਹੜਾ ਕੁੜੀਆਂ ਨੂੰ ਉੱਪਰ ਅੱਗੇ ਲੈ ਕੇ ਆਈਏ। ਇਸ ਕਰਕੇ ਅਸੀਂ ਜੋ ਵੀ ਪਿੰਡ ਦੇ ਸਰਪੰਚ ਨੇ ਪੰਚ ਨੇ ਸਭ ਲੇਡੀਜ਼ ਬਣਾਏ ਨੇ ਅਤੇ ਇਹਨਾਂ ਨੂੰ ਅੱਗੇ ਲੈ ਕੇ ਆਏ ਹਾਂ। ਜੋ ਵੀ ਕੰਮ ਕਿਸੇ ਦਾ ਵੀ ਆ ਪਾਰਟੀਬਾਜ਼ੀ ਨੂੰ ਛੱਡ ਕੇ ਪਹਿਲ ਦੇ ਆਧਾਰ 'ਤੇ ਹਰ ਇੱਕ ਦਾ ਕੰਮ ਹੋਏਗਾ, ਕੰਮ ਕਰਾਂਗੇ। ਅਸੀਂ ਇਹਨਾਂ ਕੋਲ ਉਮੀਦ ਰੱਖਦੇ ਹਾਂ। ਦੇਖੋ ਜੀ, ਇਹ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਹੋਣਾ ਵਾ। ਜਦੋਂ ਅਸੀਂ ਸੰਗਤ ਦੇ ਵਿੱਚ ਬਹਿ ਕੇ ਗੱਲ ਕਰਨੀ ਆ ਜਾਂ ਕਹਿਣਾ ਵਾ, ਅਸੀਂ ਉਹਨਾਂ ਉਮੀਦਾਂ ਤੋਂ ਖੜੇ ਹੀ ਉਤਰਨਾ ਵਾ। ਸਾਡਾ ਵੀ ਨਾਲ ਇਹਨਾਂ ਦੇ ਨਾਲ ਸੰਯੋਗ ਹੋਏਗਾ ਪੂਰਾ, ਜਿੰਨਾ ਹੋਏਗਾ 100% ਅਸੀਂ ਸੰਯੋਗ ਦੇਵਾਂਗੇ। ਉੱਥੇ ਨਵੀਂ ਬਣੀ 24 ਸਾਲ ਦੀ ਸਰਪੰਚ ਅਮਰਦੀਪ ਨੇ ਇਸ ਜ਼ਿੰਮੇਵਾਰੀ ਨੂੰ ਸੌਂਪਣ ਲਈ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਪਿੰਡ ਵਾਲਿਆਂ ਨੇ ਮਹਿਲਾਵਾਂ ਨੂੰ ਮੌਕਾ ਦਿੱਤਾ ਤੇ ਅਸੀਂ ਵੀ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਕੇ ਵਿਖਾਵਾਂਗੇ। ਸਭ ਤੋਂ ਪਹਿਲਾਂ ਇੱਥੇ ਇੱਕ ਬਹੁਤ ਗੰਦੀਆਂ ਗਲੀਆਂ ਹਨ, ਨਾਲੀਆਂ ਦਾ ਕੋਈ ਵਿਕਾਸ ਹੈ ਨਹੀਂ ਪਾਣੀ ਦਾ, ਉਹ ਸਭ ਤੋਂ ਵਧੀਆ ਠੀਕ ਕਰਾਂਗੀ ਤੇ ਧੀਆਂ ਬਚਾਓ ਇਹ ਮੈਂ ਕਰਾਂਗੀ ਅੱਗੇ ਕੰਮ। ਬਹੁਤ ਵਧੀਆ ਫੈਸਲਾ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੁੜੀਆਂ ਨੂੰ ਪਹਿਲ ਦਿੱਤੀ ਇਹ ਕੰਮ ਦੀ, ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਪਿੰਡ ਵਿੱਚ ਦੀ ਨੂੰਹ ਬਣ ਕੇ, ਤੇ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਸਰਪੰਚ ਬਣਦਾ, ਬਹੁਤ ਵਧੀਆ। ਮੇਰੇ ਨਾਲ ਜੋ ਵੀ ਮੇਰੇ ਮੈਂਬਰ ਬਣੇ ਨੇ ਸਾਰੇ ਲੇਡੀਜ਼ ਹੀ ਹਨ, ਤੇ ਮੈਂ ਕਹਿੰਦੀ ਹਾਂ ਕਿ ਇਹਨਾਂ ਨੇ ਵੀ ਮੇਰੇ ਨਾਲ ਸਹਿਯੋਗ ਦੇ ਕੇ ਕੰਮ ਪੂਰਾ ਪਿੰਡ ਦਾ ਕੰਪਲੀਟ ਕਰਨਾ ਵਾ, ਤੇ ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਬਿਨਾਂ ਅਧੂਰੀ, ਸਾਰਿਆਂ ਨੇ ਮੈਨੂੰ ਸਹਿਯੋਗ ਦਿੱਤਾ ਵਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਨਾ ਮੁੰਡਿਆਂ 'ਚ ਫਰਕ ਕਰੋ ਨਾ ਕੁੜੀਆਂ 'ਚ ਫਰਕ ਕਰੋ, ਸਾਰੇ ਕੰਮ ਕੁੜੀਆਂ ਵੀ ਮੁੰਡਿਆਂ ਤੋਂ ਬਰਾਬਰ ਕਰਦੀਆਂ ਨੇ, ਤੇ ਤੁਸੀਂ ਬਸ ਇੱਕ ਵਾਰੀ ਮੌਕਾ ਦਿੱਤਾ ਤੁਹਾਡੇ ਪੈਰਾਂ 'ਤੇ ਖਰੇ ਉਤਰਾਂ। ਕਿੰਨਾ ਚੰਗਾ ਲੱਗਦਾ ਜਦੋਂ ਲੋਕ ਧੀਆਂ ਭੈਣਾਂ ਤੇ ਇੰਨਾ ਵਿਸ਼ਵਾਸ ਦਿਖਾਉਂਦੇ ਨੇ ਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ, ਤੇ ਵਾਕਈ ਇਸ ਪਿੰਡ ਦੇ ਲੋਕਾਂ ਨੇ ਫੈਸਲਾ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।